ਫਾਸਟ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਟਸ ਜੋ ਕਿ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਸਥਿਤ ਹੈ। ਇੱਥੇ ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, ਆਈਲੈਟਸ, ਨੈਨੀ ਦੇ ਕੋਰਸ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਏ ਜਾਂਦੇ ਹਨ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਗਾਈਡ ਕਰਨ ਲਈ ਤਿਆਰ ਰਹਿੰਦਾ ਹੈ। ਬੀਤੇ ਦਿਨੀ ਸਾਡੀ ਪੰਜਾਬ ਪਲੱਸ ਦੀ ਟੀਮ ਨੇ ਫਾਸਟ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਟਸ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦਾ ਰਿਹਾ ਰਾਏਕੋਟ ਦੇ ਏਰੀਆ ਦੇ ਵਿੱਚ ਔਰ ਲੁਧਿਆਣਾ ਦੇ ਏਰੀਆ ਦੇ ਵਿੱਚ ਇੱਕ ਨਾਮਵਰ ਸੰਸਥਾ ਹੈ ਔਰ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਨਾਲ ਕੰਪਿਊਟਰਸ ਦੀ ਟ੍ਰੇਨਿੰਗ ਵੀ ਇੱਥੇ ਦਿੱਤੀ ਜਾ ਰਹੀ ਹੈ ਔਰ ਬੱਚਿਆਂ ਨੂੰ ਹਰ ਕਿਸਮ ਦੇ ਮਤਲਬ ਪਰਿਪੱਕ ਬਣਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਮੈਮ, ਪਹਿਲਾਂ ਮੈਂ ਥੈਂਕ ਯੂ ਮੈਮ ਦਾ ਐਂਡ ਸਰਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਬੈਸਟ ਕਲਾਸਸ ਵੀ ਪ੍ਰੋਵਾਈਡ ਕੀਤੀਆਂ ਐਂਡ ਜੋ ਮੈਂ ਕੋਰਸ ਡਿਜ਼ਾਈਨ ਕੀਤੇ ਆ ਜਿੱਦਾਂ K120 ਹੋ ਗਿਆ, ਬੇਸਿਕ ਹੋ ਗਿਆ ਕੰਪਿਊਟਰ ਦਾ, ਡਿਜੀਟਲ ਹੋ ਗਿਆ, ਜਿਹਦੇ ਨਾਲ ਸਟੂਡੈਂਟ ਚਾਹੇ ਫੋਰਨ ਜਾ ਰਿਹਾ, ਜਿੱਦਾਂ ਹੁਣ ਫੋਰਨ ਆਪਾਂ ਦੇਖਦੇ ਹਾਂ ਕਿ ਸਟੂਡੈਂਟ ਨੇ ਆਰਟਸ ਕਰਨੀ ਆ, ਕਹਿੰਦਾ ਫੋਰਨ ਜਾਣਾ, ਬਟ ਉਹਦੇ ਲਈ ਜਿੱਦਾਂ ਉਹਨਾਂ ਨੂੰ ਕੰਪਿਊਟਰ ਦੀ ਨੌਲੇਜ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਅਸੀਂ ਅਸਾਈਨਮੈਂਟ ਬਣਾਉਣੀ ਹੈ, ਕੰਪਿਊਟਰ ਬੇਸਡ ਅਸੀਂ ਜੋ ਕਰਨਾ ਉਹਦੇ ਲਈ ਜੋ ਕੋਰਸ ਡਿਜ਼ਾਈਨ ਕੀਤੇ ਉਹਨਾਂ ਦੀ ਬੈਸਟ ਫੈਸਿਲਿਟੀਜ਼ ਪ੍ਰੋਵਾਈਡ ਕੀਤੀ ਹੋਈ ਹੈ। ਬਹੁਤ ਵਧੀਆ ਰਿਹਾ ਜੀ, ਮੇਰੇ ਡੈਡੀ ਆ 3 ਵਾਰੀ ਕੇਸ ਰਿਫਿਊਜ਼ ਸੀ, 4th ਵਾਰ ਇਹਨੇ ਫਾਸਟ ਵੀਜ਼ਾ ਨੇ ਜੀ ਲਵਾ ਦਿੱਤਾ ਗਾ, ਅਤੇ ਮੇਰੀ ਮਦਰ ਦਾ 2 ਵਾਰੀ ਰਿਫਿਊਜ਼ ਸੀ, 3 ਵਾਰ ਲਵਾ ਦਿੱਤਾ ਜੀ ਵੀਜ਼ਾ। ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਜੀ। ਅਤੇ ਹੁਣ ਤੁਹਾਨੂੰ ਆਪਣੇ ਵੀ ਥੋੜ੍ਹਾ ਜਿਹਾ ਲੱਗ ਰਿਹਾ ਵੀ ਜਹਾਜ਼ ਮੇਰੇ ਆ ਰਿਹਾ, ਅਤੇ ਅਸੀਂ ਵੀ ਮਤਲਬ ਇਸ ਚੀਜ਼ ਦੇ ਵਿੱਚ ਇਹਨਾਂ ਨੂੰ ਅਟੈਚ ਹੋ ਕੇ ਅਤੇ ਸਾਡਾ ਵੀਜ਼ਾ ਜਲਦੀ ਲੱਗ ਜੂ। ਹਾਂਜੀ ਹਾਂਜੀ, ਤਾਂ ਹੀ ਆਏ ਜੀ ਇਹਨਾਂ ਕੋਲ, ਦੁਬਾਰਾ ਚੱਲ ਗਏ ਜੀ। ਮਲਾਜੀ ਦਾ ਜਿਹੜਾ ਸੈਮੀਨਾਰ ਆ ਉਹਨੂੰ ਅਟੈਂਡ ਤੁਸੀਂ ਨਾਲ ਕੀਤਾ ਅਤੇ ਇਹਨਾਂ ਦਾ ਜਿਹੜਾ ਲੈਕਚਰ ਵਗੈਰਾ ਸੁਣਿਆ ਜੀ? ਹਾਂਜੀ ਹਾਂਜੀ, ਅਤੇ ਵਧੀਆ ਲੱਗਾ ਤੁਹਾਨੂੰ? ਬਹੁਤ ਵਧੀਆ ਲੱਗੇ। ਕੀ ਕਹਿਣਾ ਚਾਹੋਗੇ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ? ਕਹਿੰਦੇ ਜਾਵੇ ਫਾਸਟ ਵੀਜ਼ਾ ਕੋਲ ਆਓ, ਇੱਕ ਵਾਰੀ ਜ਼ਰੂਰ ਆਓ। ਮੈਡਮ, ਫਾਸਟ ਵੀਜ਼ਾ ਜਿਹੜਾ ਕਿ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਆਪਣਾ ਨਾਮ ਜਿਹੜਾ ਹੈਗਾ ਪੰਜਾਬ, ਹਰਿਆਣਾ, ਹਿਮਾਚਲ ਔਰ ਬਾਹਰ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਚਾਹੇ ਉਹ ਸਟੂਡੈਂਟ ਵੀਜ਼ਾ ਲੈ ਕੇ ਗਏ ਹੋਣ, ਚਾਹੇ ਉਹ ਵਿਜ਼ਟਰ ਵੀਜ਼ਾ ਲੈ ਕੇ ਗਏ ਹੋਣ, ਔਰ ਬਾਹਰ ਜਾ ਕੇ ਵੀ ਤੁਹਾਡੇ ਗੁਣ ਗਾ ਰਹੇ ਨੇ, ਕੀ ਕਹਿਣਾ ਚਾਹੋਗੇ? ਦੱਸਣਾ ਚਾਹਾਂਗੀ, ਫਾਸਟ ਵੀਜ਼ਾ ਇਮੀਗ੍ਰੇਸ਼ਨ ਇੱਕ ਇਹੋ ਜਿਹਾ ਬ੍ਰਾਂਡ ਹੈ ਜੋ ਕਿ ਬਿਲਕੁਲ ਲੋਇਲਟੀ ਨਾਲ ਚੱਲਦਾ ਹੈ। ਸਾਡਾ ਜਿਹੜਾ ਪਹਿਲਾ ਕਾਰਿਆ ਹੈ ਉਹ ਇਹ ਹੈ ਕਿ ਕਲਾਇੰਟ ਨੂੰ ਸਹੀ ਸਲਾਹ ਦੇਣੀ, ਸਾਡਾ ਪ੍ਰੈਫਰੈਂਸ ਇਹੀ ਹੁੰਦਾ ਕਿ ਅਸੀਂ ਉਹਨੂੰ ਸਹੀ ਸਲਾਹ ਦਈਏ ਤਾਂ ਕਿ ਜਿਸ ਤੋਂ ਉਹਦਾ ਵੀਜ਼ਾ ਦੇ ਜਿਹੜੇ ਚਾਂਸਿਸ ਹੈ ਉਹ ਵਧਣ। ਸਭ ਤੋਂ ਪਹਿਲਾਂ ਕਲਾਇੰਟ ਜਿਹੜਾ ਹੈ ਉਹ ਬਿਲਕੁਲ ਅਣਜਾਣ ਹੁੰਦਾ ਹੈ, ਉਹ ਇੱਕ ਏਜੰਟ ਕੋਲ ਆਉਂਦਾ, ਇੱਕ ਆਸ਼ਾ ਲੈ ਕੇ ਵੀ ਅਸੀਂ ਉਹਨੂੰ ਕਿੱਦਾਂ ਦੀ ਗਾਈਡੈਂਸ ਦੇ ਰਹੇ ਹਾਂ, ਅਤੇ ਉਹ ਸਾਨੂੰ ਰੱਬ ਵਾਂਗ ਮੰਨਦਾ, ਅਤੇ ਜੇ ਆਪਾਂ ਉਹਦੇ ਨਾਲ ਖੇਡੀਏ ਚੰਦ ਪੈਸਿਆਂ ਕਰਕੇ, ਉਹ ਚੀਜ਼ ਹੁੰਦੀ ਹੈ ਮਿਸਗਾਈਡ ਕਰਨਾ, ਜੋ ਕਿ ਫਾਸਟ ਵੀਜ਼ਾ ਇਮੀਗ੍ਰੇਸ਼ਨ ਬਿਲਕੁਲ ਵੀ ਨਹੀਂ ਬਲੀਵ ਕਰਦਾ। ਮੈਡਮ ਦੇਖੋ, ਅੱਜ ਦੇ ਯੁੱਗ ਦੇ ਵਿੱਚ ਹਰ ਬੰਦਾ ਜਿਹੜਾ ਹੈਗਾ ਉਹਦੇ ਮਾਈਂਡ ਦੇ ਵਿੱਚ ਇਹ ਹੈ, ਕਿਉਂਕਿ ਹਾਲਾਤ ਪੰਜਾਬ ਦੇ ਇਹੋ ਜਿਹੇ ਹੋ ਚੁੱਕੇ ਨੇ, ਖਾਸ ਕਰਕੇ ਪੰਜਾਬ ਦੀ ਆਪਾਂ ਗੱਲ ਕਰੀਏ, ਕਿਸਾਨੀ ਜਿਹੜੀ ਹੈਗੀ ਆ ਉਹ ਬੜੀ ਪ੍ਰੋਬਲਮ ਦੇ ਵਿੱਚ ਹੈਗੀ ਆ, ਆਮ ਬੰਦੇ ਜਿਹੜੇ ਹੈਗੇ ਉਹ ਵੀ ਬੜੀ ਟੈਨਸ਼ਨ ਦੇ ਵਿੱਚ ਨੇ ਔਰ ਉਹ ਚਾਹੁੰਦੇ ਨੇ ਸਾਰੇ ਮਾਈਗ੍ਰੇਟ ਹੋਣਾ, ਇੱਕ ਬੰਦੇ ਨੇ ਅਗਰ ਬਾਹਰ ਜਾਣਾ ਤਾਂ ਕੀ ਚੀਜ਼ਾਂ ਦਾ ਧਿਆਨ ਰੱਖੇ, ਕਿਵੇਂ ਇਹਨਾਂ ਚੀਜ਼ਾਂ ਤੋਂ ਬਚੇ, ਕਿਉਂਕਿ ਉਹਨਾਂ ਨੂੰ ਜਦੋਂ ਕੋਈ ਦਿਲ ਭਾਉਣੀਆਂ ਸਕੀਮਾਂ ਦਿੰਦਾ ਤਾਂ ਫਿਰ ਉਹ ਫਾਸਟ ਵੀ ਵੀਜ਼ਾ ਵਗੈਰਾ ਕੇ ਇਮੀਗ੍ਰੇਸ਼ਨ ਵਾਲਿਆਂ ਨੂੰ ਭੁੱਲ ਜਾਂਦਾ, ਫਿਰ ਉਹਨਾਂ ਨੂੰ ਸਵਾਦ ਜਿਹਾ ਆਉਣ ਲੱਗ ਜਾਂਦਾ ਔਰ ਹਰ ਬੰਦਾ ਜਿਹੜਾ ਹੈਗਾ ਉਹ ਇਸ ਚੀਜ਼ ਦੇ ਵਿੱਚ ਆ ਜਾਂਦਾ।
ਬਿਲਕੁਲ ਦੱਸਣਾ ਚਾਹਾਂਗੀ, ਕਲਾਇੰਟ ਨੂੰ ਕੈਨੇਡਾ ਜਾਣ ਦੇ ਬਥੇਰੇ ਤਰੀਕੇ ਨੇ। ਹੋਟਲ ਬੁਕਿੰਗ 'ਤੇ ਅਸੀਂ ਅਪਲਾਈ ਕਰ ਸਕਦੇ ਹਾਂ, ਸਪੋਂਸਰ 'ਤੇ ਅਪਲਾਈ ਕਰ ਸਕਦੇ ਹਾਂ, ਜਾਂ ਇਸ ਤੋਂ ਇਲਾਵਾ ਕਈ ਸਾਰੇ ਮੇਲੇ ਹੁੰਦੇ ਰਹਿੰਦੇ ਨੇ, ਜਿਵੇਂ ਕਿ ਕਿਸਾਨ ਮੇਲਾ ਹੁੰਦਾ, ਐਗਰੀਕਲਚਰ ਫਾਰਮ, ਆਊਟਡੋਰ ਫਾਰਮ ਸ਼ੋ ਹੁੰਦੇ ਹੈ, ਕਾਫੀ ਸਾਰੇ ਸਾਲ 'ਚ 2-3 ਵਾਰੀ ਆਊਟਡੋਰ ਫਾਰਮ ਸ਼ੋਜ਼ ਖੇਤੀਬਾੜੀ ਵਾਲਿਆਂ ਲਈ ਹੁੰਦਾ, ਬਟ ਉਹਦੇ 'ਚ ਇਹ ਨਹੀਂ ਕਿ ਹਰ ਕਿਸੇ ਦਾ ਪ੍ਰੋਫਾਈਲ ਚੁੱਕਿਆ ਜਾਂਦਾ, ਜਿਹੜਾ ਪ੍ਰੋਫਾਈਲ ਐਕਚੁਅਲ 'ਚ ਕਿਸਾਨਾਂ ਦਾ ਹੈ ਜਾਂ ਵਧੀਆ ਪ੍ਰੋਫਾਈਲ ਹੈ ਉਹਨਾਂ ਨੂੰ ਹੀ ਦੇਖਿਆ ਜਾਂਦਾ ਹੈ। ਸਪੋਂਸਰ 'ਤੇ ਵੀਜ਼ਾ ਬਹੁਤ ਹੱਦ ਤੱਕ 99.9% ਸਕਸੈਸ ਹੈ ਫਾਸਟ ਵੀਜ਼ਾ ਦੀ ਸਪੋਂਸਰ 'ਤੇ ਵੀਜ਼ਾ ਲੈਣ ਦੀ। ਰਿਫਿਊਜ਼ਲ ਕੇਸਿਸ ਦੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ, ਇੰਸਟਾਗ੍ਰਾਮ ਪੇਜ ਨੂੰ ਚੈੱਕ ਕਰੋ, ਸਾਡੇ ਰਿਫਿਊਜ਼ਲ ਕੇਸਿਸ 99.9% ਕਲੀਅਰ ਹੁੰਦੇ ਨੇ, ਚਾਹੇ ਕਿਸੇ ਦਾ 4 ਵਾਰੀ ਰਿਫਿਊਜ਼ ਹੈ, 5 ਵਾਰੀ ਰਿਫਿਊਜ਼ ਹੈ। ਸੋ ਅਫਕੋਰਸ ਕੁਛ ਨਾ ਕੁਛ ਖਾਸ ਗੱਲ ਫਾਸਟ ਵੀਜ਼ਾ ਜਾਂ ਸਾਡੀ ਫਾਈਲਿੰਗ 'ਚ ਹੋਏਗੀ, ਤਾਂ ਹੀ ਸਾਡੇ ਰਿਫਿਊਜ਼ਲ ਕੇਸਿਸ ਵੀ ਵੀਜ਼ਾ ਲੈਂਦੇ ਨੇ। ਕਿੱਦਾਂ ਫਿਰ ਤੁਸੀਂ ਉਹਨੂੰ ਕਨਵਰਟ ਕਰਦੇ ਹੋ? ਰਿਫਿਊਜ਼ਲ ਦਾ ਮਤਲਬ ਤਾਂ ਕਿ ਉਹ ਪਹਿਲਾਂ ਹੀ ਲੋਕਾਂ ਨੇ ਜਿਹੜਾ ਨਚਾਰਿਆ ਹੁੰਦਾ, ਕਿੱਦਾਂ ਫਿਰ ਤੁਸੀਂ ਉਹ ਕੀ ਦਮ ਭਰਦੇ ਹੋ ਜਿਹਦੇ ਨਾਲ ਜਿਹੜਾ ਹੈਗਾ ਇਹ ਸਕਸੈਸਫੁਲ ਹੁੰਦਾ ਕਿ ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜਾ ਤੁਹਾਡੇ ਕੋਲ ਆ ਜਾਂਦਾ ਫਿਰ ਉਹਦੇ ਨਾਲ, ਕਿਉਂਕਿ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰਨਾ ਕਿ ਇਮਾਨਦਾਰੀ ਪਰਮਾਤਮਾ ਦੇ ਡੈਗੋ ਪੁਆਇੰਟ ਕਰ ਰਹੀ। ਨਹੀਂ ਦੇਖੋ, ਜੇ ਆਪਾਂ ਕਹੀਏ ਕਿ ਜੀ ਜਿਹੜੀ ਚੀਜ਼ ਤੁਸੀਂ ਕੀਤੀ ਉਹੀ ਮੈਂ ਕਰਤੀ, ਤਾਂ ਉਹਦੇ 'ਚ ਤਾਂ ਕੋਈ ਫਰਕ ਨਹੀਂ ਹੋਊਗਾ। ਅਫਕੋਰਸ ਫਾਈਲਿੰਗ 'ਚ ਬਹੁਤ ਫਰਕ ਹੁੰਦਾ ਹੈ। ਅੱਜ ਕੱਲ੍ਹ ਜਣਾ ਖਣਾ ਬੰਦਾ ਇਮੀਗ੍ਰੇਸ਼ਨ ਦਾ ਕੰਮ ਖੋਲੀ ਬੈਠਾ ਹੈ, ਜਣਾ ਖਣਾ ਬੰਦੇ ਕੋਲ ਪੈਸਾ ਹੈਗਾ, ਐਡ ਕਰਦਾ ਹੈ, ਕਲਾਇੰਟੇਜ ਆ ਜਾਂਦੀ ਹੈ, ਪਰ ਉਹ ਕਲਾਇੰਟੇਜ ਦੇ ਨਾਲ ਤਜ਼ਰਬਾ ਨਹੀਂ ਆਉਂਦਾ। ਜੇ ਤੁਸੀਂ ਮੇਰੀ ਪਰਸਨਲੀ ਗੱਲ ਕਰੋ, ਮੈਂ ਫਾਸਟ ਵੀਜ਼ਾ ਇਮੀਗ੍ਰੇਸ਼ਨ ਦੀ ਮਾਲਕਣ ਹਾਂ, ਐਂਡ ਮੈਂ ਖੁਦ ਹੀ ਸਾਰੀ ਫਾਈਲਸ ਤਿਆਰ ਕਰਦੀ ਹਾਂ। ਮੈਂ ਕੋਈ ਵੀ ਸਟਾਫ ਫਾਈਲ ਵਾਸਤੇ ਨਹੀਂ ਰੱਖਿਆ ਹੋਇਆ, ਕਾਊਂਸਲਿੰਗ ਲਈ ਹੈ, ਹਰ ਕੈਟੇਗਰੀ ਲਈ ਸਟਾਫ ਹੈ, ਬਟ ਜਿਹੜੀ ਤੁਹਾਡੀ ਫਾਈਲ ਹੈ ਉਹ ਮੈਂ ਹੀ ਬਣਾਉਂਦੀ ਹਾਂ। ਇੱਕ ਬੰਦਾ ਜਿਹਦਾ 6 ਮਹੀਨੇ ਜਾਂ ਸਾਲ ਦਾ ਐਕਸਪੀਰੀਅੰਸ ਹੈ, ਇੱਕ ਬੰਦਾ ਜਿਹਦਾ 9 ਸਾਲ ਦਾ ਐਕਸਪੀਰੀਅੰਸ ਹੈ, ਕੁਛ ਨਾ ਕੁਛ ਤਜ਼ਰਬਾ ਮੈਟਰ ਕਰ ਲਈਏ। ਸੋ ਵਟ ਆਲ ਮੈਟਰਸ ਇਸ ਤੁਹਾਡਾ ਤਜ਼ਰਬਾ ਕਿ ਤੁਸੀਂ ਫਾਈਲ 'ਚ ਕਿਸ ਹਿਸਾਬ ਨਾਲ ਡਾਕੂਮੈਂਟਸ ਲਗਾ ਰਹੇ ਹੋ, ਉਹਦੇ 'ਚ ਕਿੱਦਾਂ ਦੀ ਕਵਰਿੰਗ ਲਗਾ ਰਹੇ ਹੋ, ਕਿੱਦਾਂ ਦੀ SOP ਲਗਾ ਰਹੇ ਹੋ, ਫੋਰਮਸ ਕਿੱਦਾਂ ਭਰ ਰਹੇ ਹੋ। ਸੋ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੀਜ਼ ਦੇ ਲਈ। ਤੁਸੀਂ ਮੰਨੀਏ ਕਿ ਜਿਹੜਾ 9 ਸਾਲ ਦਾ ਪੁਰਾਣਾ ਐਕਸਪੀਰੀਅੰਸ ਉਹਦੇ ਨਾਲ ਤੁਸੀਂ ਕਿਉਂਕਿ ਮਾਰਾ ਖਾ ਖਾ ਕੇ, ਕਿਉਂਕਿ ਜਿਹੜੇ ਪਹਿਲਾਂ ਰਿਫਿਊਜ਼ ਵੀ ਹੋਏ ਹੁੰਦੇ ਆ ਉਹਦੀ ਤੁਹਾਨੂੰ ਨੌਲੇਜ ਆ ਜਾਂਦੀ ਹੈ ਵੀ ਉਹ ਜਿਹੜੀ ਚੀਜ਼ ਹੈ ਜੀ ਉਹ ਇਸ ਕੰਮ ਕਰੀ। ਬਿਲਕੁਲ ਜੀ, ਉਹਦੇ 'ਚ ਤਜ਼ਰਬਾ ਬਹੁਤ ਮੈਟਰ ਕਰਦਾ ਹੈ ਵੀ ਤੁਹਾਡਾ ਕਿਸ ਲਈ ਰਿਫਿਊਜ਼ ਹੋਇਆ, ਪਿਛਲੀ ਫਾਈਲ 'ਚ ਕਿਹੜੀ ਕਮੀ ਰਹੀ ਸੀ। ਇਸ ਕਰਕੇ ਮੈਂ ਆਪਣੀ ਹਰ ਵੀਡੀਓਜ਼ 'ਚ ਵੀ ਫੇਸਬੁੱਕ ਦੀ ਜਾਂ ਇੰਸਟਾਗ੍ਰਾਮ ਦੀ ਆਪਣੇ ਕਲਾਇੰਟਸ ਨੂੰ ਗਾਈਡ ਕਰਦੀ ਹਾਂ ਵੀ ਆਪਣਾ ਰੈਕਡ ਜੋ ਵੀ ਤੁਸੀਂ ਫਾਈਲ ਵੀਜ਼ਾ ਕਿਸੇ ਵੀ ਏਜੰਟ ਤੋਂ ਲਗਾ ਰਹੇ ਹੋ, ਆਪਣੀ ਐਪਲੀਕੇਸ਼ਨ ਫਾਰਮਸ ਦੀ ਫਾਈਲ ਦੀ ਕਾਪੀ ਰੱਖੋ, ਤਾਂ ਕਿ ਤੁਹਾਡੇ ਕੋਲ ਰਿਕਾਰਡ ਹੋਵੇ ਵੀ ਤੁਹਾਡੀ ਪ੍ਰੀਵੀਅਸ ਫਾਈਲ 'ਚ ਕੀ ਗਿਆ, ਅਤੇ ਅਸੀਂ ਉਹਨੂੰ ਇੰਪਰੂਵ ਕਰਕੇ ਜ਼ਰੂਰ ਲਗਾਵਾਂਗੇ। ਜੇ ਤਾਂ ਸੇਮ ਹੀ ਫਾਈਲ ਲਗਾਉਣੀ ਹੈ ਤਾਂ ਕੋਈ ਫਾਇਦਾ ਹੀ ਨਹੀਂ ਹੈ, ਫਿਰ ਤਾਂ ਪਹਿਲਾਂ ਹੀ ਵੀਜ਼ਾ ਆ ਜਾਂਦਾ। ਸੋ ਓਬਵੀਅਸਲੀ ਉਹਦੇ 'ਚ ਫਾਈਲਾਂ 'ਚ ਬਹੁਤ ਗਲਤੀਆਂ ਹੁੰਦੀਆਂ, ਕਲਾਇੰਟ ਆਉਂਦੇ ਨੇ, ਬੇਸਿਕ ਚੀਜ਼ਾਂ ਦੀ ਬਹੁਤ ਵੱਡੀ ਵੱਡੀ ਮਿਸਟੇਕਸ ਹੁੰਦੀਆਂ, ਜੋ ਕਿ ਮੈਂ ਖੁਦ ਹੈਰਾਨ ਹੁੰਦੀ ਹਾਂ ਵੀ ਇਹ ਇੱਕ ਬ੍ਰਾਂਡ ਤੋਂ ਆ ਰਿਹਾ, ਉਹਦੇ ਬਾਵਜੂਦ ਵੀ ਇਹ ਗਲਤੀਆਂ ਕਿੱਦਾਂ, ਪਰ ਐਕਚੁਅਲ 'ਚ ਹੁੰਦੀ ਹੈ ਵੀ ਕਿ ਇਸ ਬ੍ਰਾਂਡ ਫਾਈਲ ਨਹੀਂ ਬਣਾਉਂਦਾ, ਬ੍ਰਾਂਡ ਦੇ ਇੰਪਲੋਈਜ਼ ਫਾਈਲ ਬਣਾਉਂਦੇ ਨੇ। ਕੋਈ ਕੁੜੀ ਦਾ 6 ਮਹੀਨੇ ਦਾ ਐਕਸਪੀਰੀਅੰਸ ਹੈ, ਕਿਸੇ ਦਾ ਸਾਲ ਦਾ, ਕਲਾਇੰਟ ਨੇ ਬ੍ਰਾਂਡ ਦੇ ਨਾਮ 'ਤੇ ਆਉਣਾ, ਕੁੜੀ ਦੇ ਨਾਮ 'ਤੇ ਨਹੀਂ ਆਉਣਾ, ਬਟ ਐਟ ਦੀ ਐਂਡ ਰਿਜ਼ਲਟ ਜਾਂ ਫਾਈਲ ਕੌਣ ਬਣਾਉਂਦਾ? ਇੱਕ ਸਟਾਫ ਮੈਂਬਰ ਬਣਾਉਂਦਾ। ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੀਜ਼ੇ ਦੇ ਲਈ। ਧੋਖਾ ਹੈ ਉਹਦੇ 'ਚ ਕੁਛ ਨਹੀਂ ਰੱਖਿਆ, ਸਿਰਫ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਯੂ ਹੈਵ ਟੂ ਵਰਕ ਹਾਰਡ। ਅਤੇ ਮੈਂ ਇਹ ਮੰਨਦੀ ਹਾਂ, ਜਿਵੇਂ ਸਾਡਾ ਇੱਕ ਇੰਸਟੀਟਿਊਟ ਰਾਏਪੁਰ 'ਚ ਵੀ ਹੈਗਾ, ਲੁਧਿਆਣੇ 'ਚ ਵੀ ਹੈ, ਇੱਕ ਲੁਧਿਆਣੇ ਦੇ ਟਾਈਮ 'ਤੇ ਰਾਏਪੁਰ ਦੇ ਬੱਚੇ 'ਚ ਬਹੁਤ ਫਰਕ ਹੁੰਦਾ, ਬਿਕੋਜ਼ ਲੁਧਿਆਣੇ ਦਾ ਥੋੜ੍ਹਾ ਜਿਹਾ ਬੇਸ CBSE ਆ ਜਾਂਦਾ ਹੈ, ਰਾਏਪੁਰ ਸਾਈਡ ਪੰਜਾਬ ਦਾ ਵੀ ਆ ਜਾਂਦਾ, ਬਟ ਗਾਂਹ ਪਿੰਡਾਂ 'ਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਰਕੇ ਬੱਚੇ ਨੂੰ ਉਹ ਲੈਵਲ ਨਹੀਂ ਮਿਲ ਪਾਉਂਦਾ, ਨਾ ਉਹਦੇ ਘਰ ਦਾ ਉਸ ਹਿਸਾਬ ਦਾ ਮਾਹੌਲ ਹੁੰਦਾ ਕਿ ਉਹ ਇੰਗਲਿਸ਼ 'ਚ ਵਧੀਆ ਕਮਿਊਨੀਕੇਟ ਕਰ ਪਾਵੇ। ਸੋ ਉਹ ਚੀਜ਼ਾਂ ਤੁਸੀਂ ਸਾਡੀ ਰਾਏਪੁਰ ਬ੍ਰਾਂਚ ਆਓ, ਤੁਹਾਨੂੰ ਕਮਿਊਨੀਕੇਸ਼ਨ ਲੈਵਲ ਐਕਸਟਰਾ ਕਲਾਸਿਸ ਦਿੱਤੀਆਂ ਜਾਂਦੀਆਂ, ਸਪੀਕਿੰਗ ਦੀ, ਆਇਲਸ ਦੀ, ਜੀ ਤੋਂ ਤੁਹਾਡੀ ਇੰਪਰੂਵਮੈਂਟ, ਬੈਂਚ ਸਕੋਰਿੰਗ ਬਹੁਤ ਇੰਪਰੂਵ ਹੁੰਦੇ ਨੇ। ਸਾਡੇ ਰੀਸੈਂਟ ਕਈ ਇੱਦਾਂ ਦੇ ਰਿਜ਼ਲਟਸ ਨੇ ਜਿਹਦੇ 'ਚ ਬੱਚਿਆਂ ਦੇ 7 ਬੈਂਡ, 7.5 ਬੈਂਡ, 8 ਬੈਂਡ ਅਚੀਵ ਹੋਏ ਹੋਏ ਨੇ। ਸੋ ਤੁਸੀਂ ਆਓ ਅਤੇ ਆ ਕੇ ਫਰਕ ਫੀਲ ਕਰੋ। ਮੈਡਮ, ਤੁਸੀਂ ਇੱਕ ਗੱਲ ਕਰੀਏ ਕਿ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦੀ ਬੋਡੀ ਲੈਂਗੁਏਜ ਜਦੋਂ ਆਉਂਦੇ ਨੇ ਇੱਥੇ ਬੜੇ ਡਰੇ ਸਹਿਮੇ, ਕਿਉਂਕਿ ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਕਿ ਉਹਨੂੰ ਥੋੜ੍ਹਾ ਜਿਹਾ ਹੌਲਾ ਜਿਹਾ ਲੱਗਦਾ ਹੁੰਦਾ ਕਿ ਅਸੀਂ ਆਈਲੈਟਸ ਕਰਨੀ ਹੈਗੀ ਆ, ਲੇਕਿਨ ਜਦੋਂ ਇੱਥੇ ਤੁਹਾਡੇ ਕੋਲ 15-20 ਦਿਨ ਲਾ ਲੈਂਦੇ ਉਹ ਤੋਂ ਬਾਅਦ 'ਚ ਉਹਨਾਂ ਦਾ ਬੋਡੀ ਲੈਂਗੁਏਜ ਹੀ ਚੇਂਜ ਹੋ ਜਾਂਦੀ ਆ, ਕੀ ਕਾਰਨ ਹੈ ਕਿ ਤੁਸੀਂ ਆਪ ਖੁਦ ਉਹਨਾਂ ਨੂੰ ਮਤਲਬ ਕਾਊਂਸਲਿੰਗ ਕਰਕੇ ਔਰ ਆਪਣੇ ਟੀਚਰ ਨੂੰ ਕਾਊਂਸਲਿੰਗ ਕਰਕੇ ਉਹਨਾਂ ਨੂੰ ਗਾਈਡ ਕਰ ਦਿਓ ਕਿ ਤੁਸੀਂ ਇਸ ਤਰੀਕੇ ਦੇ ਨਾਲ ਪੜ੍ਹਾਉਣਾ ਇਹਨਾਂ ਨੂੰ ਕਿ ਇਹਨਾਂ ਦਾ ਮਨ 'ਚ ਇਨਫਰੈਟਿਕ ਇੰਡੈਕਸ਼ਨ ਬਣਾਓ?
ਬਿਲਕੁਲ ਜੀ, ਦੇਖੋ ਉਹ ਚੀਜ਼ ਤਾਂ ਬੱਚੇ ਨੂੰ ਸਭ ਤੋਂ ਪਹਿਲਾਂ ਦੱਸੀ ਜਾਂਦੀ ਹੈ ਵੀ ਉਹਦਾ ਜਦ ਆਪਾਂ ਕਿਸੇ ਪਰਟੀਕੁਲਰ ਇੰਸਟੀਟਿਊਟ 'ਚ ਲੱਗਦੇ ਹਾਂ, ਸੋ ਸਭ ਤੋਂ ਪਹਿਲੀ ਚੀਜ਼ ਹੈ ਬੱਚੇ ਨੂੰ ਗਾਈਡ ਕਰਨਾ ਕਿ ਉਹਦੇ 'ਚ ਸਭ ਤੋਂ ਪਹਿਲਾਂ ਕੌਨਫੀਡੈਂਟ ਹੀ ਨਹੀਂ ਹੁੰਦਾ, ਉਹ ਆਪਣਾ ਨਾਮ ਤੱਕ ਸਾਨੂੰ ਹਾਕਦਾ ਹੋਇਆ ਦੱਸਦਾ, ਸੋ ਉਹ ਚੀਜ਼ ਨੂੰ ਉਹਨੂੰ ਸਮਝਾਇਆ ਜਾਂਦਾ ਹੈ ਕਿ ਇੰਗਲਿਸ਼ ਕੁਛ ਨਹੀਂ ਹੈ, ਇਟ ਇਜ਼ ਆ ਸੈਕਿੰਡ ਅਫੀਸ਼ੀਅਲ ਲੈਂਗੁਏਜ, ਸੋ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਉਹਨੂੰ ਇੰਟਰੋਡਿਊਸ ਕਰਦੇ ਹਾਂ, ਜਿਵੇਂ ਆਪਾਂ ਪੰਜਾਬੀ ਬੋਲਦੇ ਹਾਂ ਉਹਨੂੰ ਕਹਿੰਦੇ ਹਾਂ ਇੱਦਾਂ ਹੀ ਇੰਗਲਿਸ਼ ਦਾ ਉਪਯੋਗ ਕਰੋ, ਇੰਗਲਿਸ਼ ਕੁਛ ਨਹੀਂ ਹੈ, ਸਿਰਫ ਬੱਚਿਆਂ 'ਚ ਡਰ ਹੁੰਦਾ ਹੈ, ਬਾਕੀ ਫਾਸਟ ਵੀਜ਼ਾ ਆਓ ਅਸੀਂ ਤੁਹਾਨੂੰ ਅੰਤਰ ਦੱਸਾਂਗੇ ਵੀ ਇੰਗਲਿਸ਼ ਕਿੱਦਾਂ ਪੜ੍ਹੀ ਜਾਂਦੀ ਹੈ ਅਤੇ ਕਿੱਦਾਂ ਉਹਨੂੰ ਆਪਾਂ ਆਸਾਨੀ ਨਾਲ ਇੱਕ ਪੰਜਾਬੀ ਭਾਸ਼ਾ ਵਾਂਗ ਇੰਗਲਿਸ਼ ਦਾ ਉਪਯੋਗ ਕਰ ਸਕਦੇ ਹਾਂ, ਜਿਹਦੇ 'ਚ ਬੱਚਾ ਵਧੀਆ ਨੰਬਰ ਲੈਂਦਾ ਅਤੇ ਆਪਣੀ ਪਰਸਨੈਲਿਟੀ ਅਫਕੋਰਸ ਜੇ ਆਪਾਂ ਇਫ ਵੀ ਸਪੀਕ ਵੈਲ ਇੰਗਲਿਸ਼ ਵੀ ਐਨਹੈਂਸ ਆਰ ਪਰਸਨੈਲਿਟੀ, ਸਾਡੀ ਪਰਸਨੈਲਿਟੀ ਆਪੇ ਵਧੀਆ ਲੱਗਦੀ ਹੈ ਜੇ ਆਪਾਂ ਇੰਗਲਿਸ਼ ਭਾਸ਼ਾ ਦਾ ਉਪਯੋਗ ਕਰਦੇ ਹਾਂ। ਮੈਡਮ ਦੇ ਨਾਲੋਂ ਤੁਸੀਂ ਅਲੱਗ ਤੋਂ ਵੀ ਪਰਸਨੈਲਿਟੀ ਡਿਵੈਲਪਮੈਂਟ ਦੇ ਜਿਹੜੇ ਕਲਾਸਿਸ ਹੈਗੀਆਂ ਉਹ ਆਰਗੇਨਾਈਜ਼ ਕਰਦੇ ਹੋ, ਖੁਦ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਗਾਈਡ ਕਰਦੇ ਹੋ, ਤਾਂ ਮੈਂ ਸਮਝ ਦੱਸਣਾ ਚਾਹਾਂਗੀ ਕਿ ਪਰਸਨੈਲਿਟੀ ਡਿਵੈਲਪਮੈਂਟ ਇਜ਼ ਵਾਟ ਇਟ ਇਜ਼, ਹਾਊ ਯੂ ਰੀਪ੍ਰਜੈਂਟ ਯੋਰ ਸੈਲਫ, ਜਦ ਵੀ ਤੁਸੀਂ ਕਿਤੇ ਜਾਂਦੇ ਹੋ ਤੁਸੀਂ ਆਪਣੇ ਆਪ ਨੂੰ ਕਿੱਦਾਂ ਰੀਪ੍ਰਜੈਂਟ ਕਰਦੇ ਹੋ, ਸੋ ਉਹਦੀ ਸਾਡੀ ਪਰਸਨਲ ਡਿਵੈਲਪਮੈਂਟ ਦੇ ਸੈਸ਼ਨਸ ਲੱਗਦੇ ਨੇ, ਸਾਡੇ ਪਰਟੀਕੁਲਰ ਸਟਾਫ ਹੈ, ਹਾਇਰਡ ਸਟਾਫ ਹੈ ਲੁਧਿਆਣੇ ਤੋਂ ਜਾਂ ਏਟਿਡ ਬੈਂਡ ਸਾਡੀ ਸਟਾਫ ਫੈਕਲਟੀ ਮੈਂਬਰਸ ਦੇ ਆਏ ਹੋਏ ਨੇ ਜੋ ਤੁਹਾਨੂੰ ਟੀਚ ਕਰਦੇ ਨੇ, ਆਈ ਐਮ ਫਰੋਮ ਚੰਡੀਗੜ੍ਹ, ਲਾਈਕ ਮੈਂ ਆਪ ਤੁਹਾਨੂੰ ਪਰਸਨਲ ਇੰਡੀਵਿਜੁਅਲ ਬੇਸਿਸ 'ਤੇ ਵਨ ਟੂ ਵਨ ਮੀਟਿੰਗ ਕਰਦੀ ਹਾਂ, ਸੋ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੈ ਕਿ ਹਰ ਬੱਚੇ ਨੂੰ ਇੱਕ ਹੀ ਬੰਦੇ ਦੇ ਇੱਕ ਹੀ ਬੰਦੇ ਤੱਕ ਉਹਦੀ ਏਜ ਨਹੀਂ ਹੁੰਦੀ, ਉਹਨੂੰ ਮਲਟੀਪਲ ਟੈਲੈਂਟਡ ਪੀਪਲ ਦੀ ਏਜ ਮਿਲਦੀ ਹੈ ਜਿਹਦੇ ਕਰਕੇ ਉਹਦਾ ਵੀ ਹੁਨਰ ਕਿਸੇ ਤੋਂ ਕੁਛ ਸਿੱਖਦਾ, ਕਿਸੇ ਤੋਂ ਕੁਛ ਸਿੱਖਦਾ, ਜਿਹਦੀ ਆਊਟਪੁੱਟ ਓਬਵੀਅਸਲੀ ਬੱਚੇ ਵਿੱਚ ਪੋਜ਼ਿਟਿਵ ਪ੍ਰਭਾਵ ਪਾਉਂਦੀ ਹੈ। ਪਰ ਅਗਰ ਆਪਾਂ ਗੱਲ ਕਰੀਏ ਪੇਰੈਂਟਸ ਦੀ, ਕਿਉਂਕਿ ਪੇਰੈਂਟਸ ਜਦੋਂ ਬੱਚਾ ਬਾਹਰ ਚਲਾ ਜਾਂਦਾ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ, ਵੀਜ਼ਾ ਲੱਗ ਗਿਆ, ਬੈਂਡ ਆ ਗਏ, ਉਹਨਾਂ ਨੂੰ ਇੱਦਾਂ ਲੱਗਦਾ ਕਿ ਆਮ ਜਾਣਾ ਸਾਰੀ ਉਹ ਪੈਸੇ ਕਮਾ ਲੈਂਦੇ, ਪਰ ਸਟੱਡੀ ਵੀਜ਼ਾ ਕੀ ਕਹਿਣਾ ਚਾਹੋਗੇ ਪੇਰੈਂਟਸ ਨੂੰ ਕਿ ਇੱਕ ਸਾਲ ਤਾਂ ਉਹਨਾਂ ਨੂੰ ਸਬਰ ਕਰਨਾ ਪਊਗਾ ਬੱਚਿਆਂ ਦੇ ਨਾਲ, ਪਰ ਬੱਚਿਆਂ ਨੂੰ ਵੀ ਕੀ ਕਹਿਣਾ ਚਾਹੋਗੇ, ਉਹਨਾਂ ਨੂੰ ਵੀ ਸੋਚਣਾ ਪਊਗਾ ਪੇਰੈਂਟਸ ਦੇ ਬਾਰੇ ਵੀ, ਅਗਰ ਸਾਲ ਤੱਕ ਵੀ ਉਹ ਉਹਨਾਂ ਦੇ ਲਈ ਨਹੀਂ ਕੋਈ ਐਫਰਟਸ ਕਰਦੇ ਆਪਣੇ ਉੱਤੇ ਰਹਿ ਕੇ, ਉਹਦੇ ਬਾਰੇ ਕੀ ਕਹਿਣਾ? ਸਟੱਡੀ ਵੀਜ਼ਾ ਦੱਸਣਾ ਚਾਹਾਂਗੀ ਕਿ ਪੇਰੈਂਟਸ ਤਾਂ ਸਿਰਫ ਕੈਨੇਡਾ ਦੀ, ਜਿਵੇਂ ਸਪੈਸੀਫਿਕਲੀ ਅੱਜ ਕੱਲ੍ਹ ਜੇ ਆਪਾਂ ਸਭ ਤੋਂ ਪਹਿਲੀ ਤਾਂ ਗੱਲ ਹੈ ਜੇ ਹਰ ਬੱਚੇ ਦਾ ਪ੍ਰੈਫਰੈਂਸ ਹੈ ਤਾਂ 99.9% ਬੱਚਾ ਕੈਨੇਡਾ ਜਾਣਾ ਚਾਹੁੰਦਾ, ਫਿਰ ਆਪਾਂ ਬਾਕੀ ਕੰਟਰੀਜ਼ 'ਤੇ ਆਉਂਦੇ ਹਾਂ, ਸੋ ਚਾਹੇ ਆਸਟ੍ਰੇਲੀਆ ਹੈ, ਕੈਨੇਡਾ, ਨਿਊਜ਼ੀਲੈਂਡ, ਸਾਲ ਦਾ ਖਰਚਾ ਪੇਰੈਂਟਸ ਨੂੰ ਦੇਣਾ ਹੀ ਪੈਂਦਾ, ਉਹਦੇ ਬਾਅਦ 99.9% ਬੱਚੇ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਮਾਪਿਓ ਦੀ ਪੈਸਿਆਂ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਖੁਦ ਉੱਤੇ ਕੰਮ ਕਰਦੇ ਨੇ, ਆਪਣੀ ਫੀਸਿਸ ਐਕਸਪੈਂਸਿਸ ਕਰਦੇ ਨੇ, ਆਪਣੇ ਅਦਰ ਐਕਸਪੈਂਸਿਸ ਕਰਦੇ ਨੇ, ਸੋ ਆਰਾਮ ਨਾਲ ਬੱਚਾ ਸਾਲ ਦਾ ਜਿਹੜਾ ਖਰਚਾ ਹੈ ਉਹ ਤਾਂ ਅਫਕੋਰਸ ਹੁਣ ਜਿਵੇਂ ਕੈਨੇਡਾ ਦੀ ਰਿਕੁਆਇਰਮੈਂਟ ਇੱਕ ਸਾਲ ਦੀ ਫੀਸ ਜਾਂਦੀ ਹੈ, ਸੋ ਉਹ ਤਾਂ ਪੇਰੈਂਟਸ ਨੂੰ ਹੁਣ ਦੇਣੀ ਹੀ ਪੈਣੀ ਹੈ, ਸਾਲ ਦੇ ਬਾਅਦ ਦਾ ਜਿਹੜਾ ਖਰਚਾ ਉਹ ਬੱਚਾ ਮੰਗਦਾ ਨਹੀਂ ਕਿਉਂਕਿ ਉਹਦੇ ਲਈ ਉਹ ਖੁਦ ਅੱਛਾ ਵਰਕ ਹਾਰਡ ਕਰਦਾ ਹੈ, ਕੰਮ ਕਰਦਾ ਹੈ, ਜਿਹਦੇ ਬੇਸਿਸ 'ਤੇ ਉਹ ਵਧੀਆ ਪੈਸੇ ਕਮਾ ਲੈਂਦਾ ਅਤੇ ਆਪਣੀ ਫੀਸਾਂ ਈਜ਼ੀਲੀ ਅਫੋਰਡ ਕਰ ਲੈਂਦਾ। ਪਰ ਜਿਹੜਾ 9 ਸਾਲ ਦਾ ਤੁਹਾਡਾ 9 ਸਾਲਾਂ ਦਾ ਐਕਸਪੀਰੀਅੰਸ ਹੈਗਾ, ਕਿ ਇਹ ਵੀ ਨਾਲ ਮੈਟਰ ਕਰਦਾ ਕਿਉਂਕਿ ਤੁਸੀਂ ਬਾਹਰ ਜਾ ਕੇ ਵੀ, ਇਹ ਨਹੀਂ ਹੈ ਕਿ ਇੱਥੋਂ ਬੱਚੇ ਨੂੰ ਵੀਜ਼ਾ ਲੱਗ ਗਿਆ ਔਰ ਬਾਹਰ ਜਾ ਕੇ ਵੀ ਤੁਸੀਂ ਉੱਥੇ ਉਹਨੂੰ ਏਅਰਪੋਰਟ ਤੋਂ ਲੈ ਕੇ ਜਾਣਾ, ਉਹਨੂੰ ਉਹਦੇ ਫਰੈਂਡਸ ਨਾਲ ਮਿਲਾਉਣਾ, ਕਿਉਂਕਿ ਤੁਸੀਂ ਕਾਫੀ ਲੋਕਾਂ ਨੂੰ ਪਹਿਲਾਂ ਵੀਜ਼ਾ ਲਗਾ ਕੇ ਹਰੇਕ ਕੰਟਰੀ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ ਪਹਿਲਾਂ ਲੋਕ ਬੈਠੇ ਨੇ, ਇਹ ਵੀ ਇੱਕ ਮੈਟਰ ਕਰਦਾ ਜਿਹਦੇ ਨਾਲ ਉਹਨੂੰ ਪੋਜ਼ਿਟਿਵਿਟੀ ਲੱਗਦੀ ਤੁਹਾਡੇ ਨੂੰ। ਬਿਲਕੁਲ, ਅਸੀਂ ਪ੍ਰੀ ਐਂਡ ਪੋਸਟ ਲੈਂਡਿੰਗ ਦੋਨੋਂ ਸਰਵਿਸਿਸ ਦਿੰਦੇ ਹਾਂ, ਪ੍ਰੀ ਲੈਂਡਿੰਗ ਸਰਵਿਸਿਸ ਤੁਹਾਡੀ ਕਾਊਂਸਲਿੰਗ, ਤੁਹਾਡਾ ਵੀਜ਼ਾ, ਤੁਹਾਡਾ ਈਚ ਐਂਡ ਐਵਰੀਥਿੰਗ ਆਉਂਦੀ ਹੈ, ਐਂਡ ਪੋਸਟ ਲੈਂਡਿੰਗ ਸਰਵਿਸਿਸ 'ਚ ਹੁੰਦੇ ਜੀ ਬੱਚੇ ਦਾ ਜਹਾਜ਼ ਟਿਕਟ ਦੇ ਲੈ ਕੇ ਜਦ ਤੋਂ ਉੱਥੇ ਉਤਰਿਆ, ਉਹਦੀ ਅਕੋਮੋਡੇਸ਼ਨ, ਉਹਦੀ ਕਾਲਜ ਦੀ ਫਸਟ ਇੰਟਰੋਡਕਸ਼ਨ ਡੇ, ਸਭ ਕੁਛ ਅਸੀਂ ਅਸਿਸਟ ਕਰਦੇ ਹਾਂ, ਤਾਂ ਉਹਦੇ ਸਾਡੇ ਸਾਰੇ ਲਿੰਕਸ ਨੇ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਸੋ ਅਸੀਂ ਬੱਚੇ ਨੂੰ ਹਰ ਪ੍ਰਕਾਰ ਨਾਲ ਸਹਾਇਤਾ ਕਰਦੇ ਹਾਂ, ਚਾਹੇ ਉਹ ਫਾਈਲਿੰਗ ਤੋਂ ਪਹਿਲਾਂ ਦੀ ਹੋਵੇ ਜਾਂ ਫਾਈਲਿੰਗ ਤੋਂ ਬਾਅਦ ਦੀ ਹੋਵੇ, ਜਾਂ ਕੈਨੇਡਾ ਜਾ ਕੇ ਕੋਈ ਕਾਲਜ ਚੇਂਜ ਕਰਨਾ, ਕੋਰਸ ਚੇਂਜ ਕਰਨਾ, ਪੀਆਰ 'ਚ ਦਿੱਕਤ ਆ ਰਹੀ ਹੈ, ਅਸੀਂ ਅੰਤ ਤੱਕ ਉਹਦੇ ਨਾਲ ਜੁੜੇ ਹੁੰਦੇ ਹਾਂ, ਅੱਜ ਕੱਲ੍ਹ ਸੋਸ਼ਲ ਵੈਬਸਾਈਟਸ ਵਧੀਆ ਬਣੀਆਂ ਹੋਈਆਂ, ਫੇਸਬੁੱਕ 'ਤੇ ਸਾਰੇ ਬੱਚੇ ਫਰੈਂਡਸ ਬਣੇ ਹੋਏ ਨੇ, ਜਾਂ ਟਾਈਮ ਅੱਛੇ ਲਿੰਕਸ 'ਤੇ ਨੇ, ਸੋ ਈਜ਼ੀਲੀ ਗੱਲਬਾਤ ਹੁੰਦੀ ਰਹਿੰਦੀ ਹੈ, ਕੋਈ ਵੱਡੀ ਚੀਜ਼ ਨਹੀਂ ਇਹਦੇ ਵਿੱਚ। ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਔਰ ਅਸੀਂ ਚਾਹਾਂਗੇ ਕਿ ਚੈਨਲ ਦੇ ਮਾਧਿਅਮ 'ਤੇ, ਕਿਉਂਕਿ ਅੱਜ ਕੱਲ੍ਹ ਲੋਕ ਭੋਲੇ ਨੇ, ਉਹਨਾਂ ਦੇ ਮਾਇੰਡ ਦੇ ਵਿੱਚ ਹੈ ਬਾਹਰ ਜਾਣਾ, ਲੇਕਿਨ ਉਹਨਾਂ ਨੂੰ ਵੇ ਨਹੀਂ ਮਿਲਦਾ, ਪਰ ਤੁਸੀਂ ਜਿਸ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਗਾਈਡ ਕੀਤਾ, ਤੁਹਾਨੂੰ ਥੈਂਕ ਯੂ ਸੋ ਮਚ। ਥੈਂਕ ਯੂ ਫਾਸਟ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਟ, ਇੱਕ ਇਹੋ ਜਿਹਾ ਬ੍ਰਾਂਡ ਜੋ ਕਿ ਮਿਸਟਰ ਰਜਤ ਗਾਬਾ ਐਂਡ ਮਿਸਿਸ ਉਪਾਸਨਾ ਗਾਬਾ, ਅਸੀਂ ਦੋਨਾਂ ਨੇ ਸ਼ੁਰੂ ਕੀਤਾ ਸੀ ਇੱਕ ਸੋਚ ਦੇ ਨਾਲ ਕਿ ਜਦ ਵੀ ਕੰਮ ਕਰਨਾ ਹੈ ਉਹ ਸਹੀ ਕਰਨਾ, ਚਾਹੇ ਅਸੀਂ ਥੋੜ੍ਹਾ ਪੈਸਾ ਕਮਾਵਾਂਗੇ ਪਰ ਉਨਾ ਕਮਾਉਣਾ ਹੈ ਜਿਹੜਾ ਸਾਨੂੰ ਦੁਆਵਾ ਲਈਏ, ਸੋ ਅੱਜ ਅਸੀਂ ਬਹੁਤ ਪ੍ਰਾਊਡਲੀ ਕਹਿੰਦੇ ਹਾਂ ਕਿ ਸਾਡੇ ਇਹੋ ਜਿਹੇ ਕਲਾਇੰਟਸ ਨੇ ਜਿਨ੍ਹਾਂ ਦਾ 5 ਵਾਰੀ ਰਿਫਿਊਜ਼, 6 ਵਾਰੀ ਰਿਫਿਊਜ਼, ਫਾਸਟ ਵੀਜ਼ਾ ਇਮੀਗ੍ਰੇਸ਼ਨ ਦਰਦ ਨਾਲ ਕਹਿੰਦਾ ਕਿ ਉਹਨਾਂ ਦੇ ਵੀਜ਼ਾਜ਼ ਆਉਂਦੇ ਨੇ, ਸੋ ਹੀ ਇਜ਼ ਦਾ ਵਨ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਹੈ ਫਾਸਟ ਵੀਜ਼ਾ ਨੂੰ ਚਲਾਉਣ ਲਈ, ਸੋ ਮਿਸਟਰ ਰਜਤ ਗਾਬਾ ਜੋ ਕਿ ਡਾਇਰੈਕਟਰ ਨੇ ਫਾਸਟ
थैंक यू कहना चाहवा जो उन्होंने सू इना प्यार दिता इन्नी मुहब्बत दिखती कि साने जुड़े हुए हैं जो कि साढ़े को आते हैं साढ़े एक विश्वास रख के आते हैं कि असं इन्हों को जावे तो सू सही गाइडेंस मिलेगी उसी बदौलत असं इतने बैठे हुए हैं जी सारे सही गाइड करीदा चाहे वो किन्ने भी मतलब निराश होने से उन्होंने प्रॉपरली हर एक डॉक्यूमेंट ना गाइड करता है यही सोच असी लैके इस ऑफिस ओपन किया कि किसी नाल जेडे एजेंट्स मिसगाइड करते हैं या उन्होंने लुटते हैं उन्होंने असी सही गाइड गाइड कर दिया जाए एंड असी ये चीज़ करते भी हाँ साढ़े कोल किन्ने क्लाइंट्स आते हैं असी उन्होंने साफ कहने कि तुहाडा केस नहीं अपलाई होना उसके बावजूद भी क्लाइंट आप कहते कोई नहीं मैडम तुसी करदे आ देखी जाओगी सो ये चीज़ बहुत वड्डी हुंदी है कोई भी क्लाइंट कोई भी एजेंट कदे नहीं कहना मैनू पैसे नहीं चाहिए वो यही कहना कि हाँ क्लाइंट आऊगा तो ऑटोमैटिकली इनकम आऊगी बट फास्ट वीजा प्राउडली ये चीज़ कहना मेरे काफ़ी क्लाइंट्स जो देख रहे हैं उन्होंने भी पता होगा मैं उन्होंने बथेरी बारी कई कहा भी असी तुहाडा केस नहीं लैना बिकॉज तुहाडा प्रोफाइल वीक है सो मैनू गर्व महसूस होंदा है अपने ब्रांड से क्योंकि असी लॉयल्टी दे नाल काम करते हैं साडा पहला लोगो पहला एम है लॉयल्टी रिस्पैक्ट एंड वर्क विद एम्बिशियस सो एम्बिशियस यानी कि असी पूरा ताकत लगाने क्लाइंट के वीजा की वीजे के लिए एंड कोशिश पूरी रहती है भी असी अपनी फाइल नाल इंसाफ करिए गां क्लाइंट के प्रोफाइल है क्लाइंट के डॉक्यूमेंटेशन है वीजा एट द एंड क्लाइंट के बेसिस से ही मिलेगा बट एक एजेंट मार्गदर्शक होंगे जो कि तुम्हें सही राह दिखाते हैं भी कि वीजा आता है सो सर असी काफ़ी सारे रिफ्यूजल केसिस भी क्लीयर किए हैं सो कुछ दसना चाहोगे क्लाइंट्स न कि असी कि मतलब एक्सट्रा एफर्ट्स लगाने बिल्कुल ड्यूरिंग द टेन्योर ऑफ 5 years सानू 5 years हो गए ऑफिस ओपन किए तो सानू नंबर ऑफ केसेज आ चुके हैं जिद लोगों के 8 time रिफ्यूजल भी ने 5 time रिफ्यूजल ने काफ़ी रिफ्यूजल आए हैं तो लोग आके सू पुछते हैं कि मतलब साड़ी फाइल रह चुकी है तो असं किस तरह क्लीयर कर सकते हैं तो असं उन्होंने बरीकी नाल हर एक चीज़ में देखते हैं कि कमी रह चुकी है उन्होंने प्रोफाइल के कि असं उन्होंने एड ऑन कर सकते हैं तो जो साढ़े को बैठते हैं साढ़े को 3-4 घंटे बैठ के जो फाइलिंग का टाइम आता है वो जो बनाते हैं फाइल वो बाकी दिल ना खुश होंगे ने तो कहें सर कि इस बार सानू लगता है फाइल बनी है लास्ट टाइम असं जिनी बार भी फाइल लगाई साड़ी फाइल बनी नहीं जस्ट एजेंट साइन करवाते हैं साड़ी फाइल लगाते हैं सानू इस बार पता लगे कि साड़ी फाइल की जा रहा है तो वो सुन के सानू बहुत प्राउड फील होंगे कि हाँ जी कि चलो असी उस क्लाइंट के इंसाफ किया असी भी कहते साढ़े सारे वीजा आते हैं बिच रिजेक्शन भी आते हैं बट गर्व की गल होंगी है कि साढ़े रिजेक्शन वाले क्लाइंट्स भी साढ़े को रेफरेंस लैके आते हैं जो कि 99% दफ्तर सिर्फ वीजा वाले क्लाइंट रेफरेंस भेजते हैं बट फास्ट वीजा इमीग्रेसन प्राउडली कहें भी साढ़े जिन्हों के क्लाइंट्स के वीजा रिफ्यूज होंगे ने वो भी साढ़े को रेफरेंस भेजते हैं कारण स्ट्रोंग फाइलिंग सो कितने ना कितने सही इंसाफ ना सही तरीके नाल काम करके सानू रेफरेंसेस अपने आप ही आ जाते हैं सानू लोड़ ही नहीं पैंदी ज़्यादा क्लाइंटेज के लिए मार्केटिंग करन दी सो फास्ट वीजा इमीग्रेशन कंसल्टेंट तुसी जरूर आओ असी एक उह जिहा ब्रांड है जो कि आयल्स तो लैके स्टडी वीजा तो लैके ओपन स्पाउस वर्क परमिट एंड अगेन फैमिली विजिटर वीजा सब कुछ डील करते हैं तुसी आओ एंड साड़ी एक्सपर्टाइज टीम नू मिलो साड़ी टीम मैंबर्स जिहड़े ने इट इज़ अ फैमिली टू अस एंड साड़ा स्टाफ साड़ा पिलर है सो ओबियसली उन्हां नाल ही फास्ट वीजा इमीग्रेशन पूरा होंदा है सो असी सारे इकट्ठे एकजुट होकर कोशिश जरूर करांगे कि तुहानू तुहाडी ड्रीम डेस्टिनेशन पहुँचाइए ते तुहाडे सपने जिहड़े अधूरे ने वीजा तों लैके वो पूरे करिए सो थैंक यू सो मच एंड वी आर हैप्पी एंड वी आर ऑलवेज हेयर इन फ्रंट ऑफ यू टू असिस्ट यू सो थैंक्स अ लॉट फास्ट वीजा इमीग्रेशन एक सक्सेसफुल ब्रांड है एंड एवरी सक्सेस इज पॉसिबल विद द हार्ड वर्क एंड एफर्ट्स ऑफ द टीम सो फास्ट वीजा की ये टीम है कुछ एक टीम है बाकी सारी टीम लुधियाने ऑफिस है अज असी रायपुर स्टाफ के नाल हाँ सो जिसे कुछ लुधियाने का भी स्टाफ है सो कुछ फीडबैक देना चाहेंगे दसना चाहेंगे फास्ट वीजा के नाल इन्हों का एक्सपीरियंस किदा रहा सो शी इज मिस राजविंदर ये मेरे नाल पिछले 3-3.5 सालों तो काम कर रहे हैं सो कुछ एक्सपीरियंस शेयर करो मैम अपना मैम मेरा नाम राजविंदर है तो मैं मैम नाल ऑलमोस्ट 3 साल तो ज़्यादा तो हो गया मैं मैम नाल काम कर रही हाँ एंड मैं जो काम कर रही हूँ मैं लुधियाने की जी सा मेन ब्रांच है उत्थे काम कर रही हूँ एंड वेरी लकी कि मैं इन्होंने काम कर रही हूँ बिकॉज मैं बीइंग विद अ टाइम पीरियड मैं भी मैम तो बहुत कुछ सीखा है एंड साड़ी हमेशा यही कोशिश यही है कि वी ऑलवेज प्रोवाइड फेयर एंड स्केयर सर्विसिज चाहे वह विजिटर वीजा रिगार्डिंग आ चाहे वह PR रिगार्डिंग आ वर्क वीजा आ या फिर IELTS के स्टूडेंट्स को टीच करन दे रिगार्डिंग आ तो हमेशा यही रहा है कि असी जिन्हें भी साढ़े क्लाइंट साढ़े ते विश्वास करके आते असी उन्होंने 101% फेयर सर्विसिज देिए तो उन्होंने जो ड्रीम्स ने आइदर विजिटर वीजा या उन्होंने IELTS के स्कोर्स लिए उन्होंने लिए पूरी हेल्पफुल रही है एंड आई एम वेरी लकी एंड आई एम थैंक्स टू रजत सर एंड उपासना मैम फॉर मेकिंग मी द पार्ट ऑफ फास्ट वीजा इमीग्रेशन सो शी इज़ इन चार्ज फ्रॉम रायपुर ब्रांच मिस गुरप्रीत सो गुरप्रीत वुड यू शेयर योर एक्सपीरियंस विद फास्ट वीजा थैंक यू सो मच मैम फॉर गिविंग मी अ चांस टू स्पीक
ਮਾਈਸੈਲਫ ਰੁਪਿੰਦਰ ਕੌਰ ਮੈਂ ਇੱਥੇ ਬ੍ਰਾਂਚ ਹੈਡ ਹੈ ਇਨ ਰਾਏਪੁਰ ਬ੍ਰਾਂਚ ਅਤੇ ਮੈਨੂੰ ਇੱਥੇ ਜੁੜਨ ਕਾਫੀ ਥੋੜ੍ਹਾ ਟਾਈਮ ਹੀ ਹੋਇਆ ਬਟ ਇਸ ਇਹਦੇ ਥੋੜ੍ਹੇ ਟਾਈਮ ਦੇ ਵਿੱਚ ਹੀ ਮੈਂ ਇਹਨਾਂ ਨੂੰ ਦੇਖਿਆ ਕਿ ਇਹਨਾਂ ਦੀ ਬਹੁਤ ਹੀ ਜ਼ਿਆਦਾ ਟ੍ਰਾਂਸਪੈਰੈਂਸੀ ਰਹਿੰਦੀ ਈਵਨ ਜੋ ਆਪਣੇ ਇੰਪਲੋਇਜ਼ ਨੂੰ ਟ੍ਰੇਨ ਕਰਨ ਦਾ ਤਰੀਕਾ ਉਹ ਬਹੁਤ ਹੀ ਜ਼ਿਆਦਾ ਇਹਨਾਂ ਦਾ ਇਫੈਕਟਿਵ ਆ ਕਿ ਸਾਨੂੰ ਕਦੀ ਵੀ ਇੱਦਾਂ ਫੀਲ ਨਹੀਂ ਹੁੰਦਾ ਕਿ ਅਸੀਂ ਆਪਣੇ ਕਿਸੇ ਇੰਪਲੋਇਰ ਨਾਲ ਗੱਲ ਕਰ ਰਹੇ ਈਵਨ ਸਾਨੂੰ ਇੱਦਾਂ ਹੀ ਲੱਗਦਾ ਕਿਸੇ ਵੀ ਫੈਮਿਲੀ ਦੇ ਵਿੱਚ ਅਤੇ ਮੈਮ ਬਹੁਤ ਜ਼ਿਆਦਾ ਵਧੀਆ ਟ੍ਰੇਨ ਕਰਦੇ ਹਨ ਸਰ ਦੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਉਹਨਾਂ ਦੇ ਰਿਵਿਊਜ਼ ਹੁੰਦੇ ਨੇ ਬਹੁਤ ਜ਼ਿਆਦਾ ਵਧੀਆ ਕੋਪਰੇਟ ਕਰਦੇ ਸਾਡੇ ਨਾਲ ਅਤੇ ਜੋ ਇੱਥੋਂ ਦੀ ਅਸੀਂ ਕਲਾਸਿਸ ਸਟਾਰਟ ਕੀਤੇ ਹੋਏ ਨੇ ਆਇਲਸ ਦੀਆਂ ਉਹਦੇ ਵਿੱਚ ਅਸੀਂ ਡਿਫਰੈਂਟ ਡਿਫਰੈਂਟ ਬੈਚਿਸ ਰੱਖੇ ਹੋਏ ਨੇ ਬਿਗਨਰਸ ਦੇ ਲਈ ਅਲੱਗ ਬੈਚ ਹੁੰਦੇ ਨੇ ਇੰਟਰਮੀਡੀਏਟ ਲਈ ਅਲੱਗ ਨੇ ਅਤੇ ਐਡਵਾਂਸ ਲੈਵਲ ਦੇ ਲਈ ਅਸੀਂ ਅਲੱਗ ਕਲਾਸਿਸ ਪ੍ਰੋਵਾਈਡ ਕਰਦੇ ਹਾਂ ਈਵਨ ਜੋ ਬੱਚਿਆਂ ਨੂੰ ਗ੍ਰਾਮਰ ਵੀਕ ਦੀ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਐਕਸਟਰਾ ਕਲਾਸਿਸ ਦਿੱਤੀਆਂ ਜਾਂਦੀਆਂ ਨੇ ਅਤੇ ਜਿਹੜਾ ਕਿ ਬੱਚੇ ਦੇ ਲਈ ਸਪੋਰਟ ਇਨਕਰੀਜ਼ ਕਰਨ ਦੇ ਲਈ ਕਾਫੀ ਹੈਲਪਫੁਲ ਹੁੰਦਾ ਹੈ।